ਸਭ ਤੋਂ ਪਹਿਲੇ ਤਾਂ ਡਾਕਟਰ ਖੁਰਸ਼ਦ ਸਾਹਿਬ ਅਤੇ ਅਸਲਾਮ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤਮਾਮ ਦੋਸਤਾਂ ਦਾ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਸਾਨੂੰ ਇਸ ਬਾਬਰਕਤ ਮਹਿਫਿਲ 'ਚ ਮਦੋ ਕੀਤਾ, ਜਿਹਦੇ 'ਚ ਅਸੀਂ ਸਭ ਨੇ ਡਾਕਟਰ ਸਾਹਿਬ ਦੇ ਸਾਰੇ ਜਿਹੜੇ ਲਿਖੀਆਂ ਹੋਈਆਂ ਨਾਤਾਂ ਨੇ ਅਤੇ ਉਹਨਾਂ ਦੇ ਜਿਹੜੇ ਹੁਰਮਾਂ ਦੇ ਨਾਲ ਉਹਨਾਂ ਦੀ ਜਿਹੜੀ ਹੁੱਬ ਹੈ, ਜਿਹੜੀ ਮੁਹੱਬਤ ਹੈ, ਉਹਦਾ ਇੱਕ ਛੋਟਾ ਜਿਹਾ ਇੱਕ ਜਿਹਨੂੰ ਅਸੀਂ ਕਹਿ ਸਕਦੇ ਇੱਕ ਝਲਕੀ ਜਿਹੜੀ ਹੈ ਉਹ ਸਾਡੇ ਸਾਹਮਣੇ ਆਈ ਹੈ। ਅਤੇ ਅੱਲਾਹ ਤਾਲਾ ਕੋਲੋਂ ਦੁਆ ਹੈ ਕਿ ਅੱਲਾਹ ਤਾਲਾ ਇਹਨਾਂ ਨਾਤਾਂ ਦੇ ਸਦਕੇ ਡਾਕਟਰ ਸਾਹਿਬ ਦੀ ਅਗਲੀਆਂ ਆਉਣ ਵਾਲੀਆਂ ਸਾਰੀਆਂ ਮਨਾਜ਼ਲ ਆਸਾਨ ਫਰਮਾਏ, ਉਹਨੂੰ ਜੰਨਤੁਲ ਫਿਰਦੌਸ ਵਿੱਚ ਆਲਾ ਮਕਾਮ। ਅਤੇ ਇਸ ਕਿਤਾਬ ਤੋਂ ਮਤਲਬ ਮੈਨੂੰ ਇੱਕ ਵਾਕਿਆ ਛੋਟਾ ਜਿਹਾ ਯਾਦ ਆ ਗਿਆ, ਮੈਂ ਚਾਹਾਂਗਾ ਕਿ ਮੈਂ ਸ਼ੇਅਰ ਕਰਾਂ। ਅੱਬਾ ਜੀ, ਮੈਂ ਮੇਰੀ ਵਾਲਦਾ ਅਤੇ ਉਹਨਾਂ ਦੇ ਨਾਲ ਮੇਰੀ ਇੱਕ ਸਿਸਟਰ, ਸਾਨੂੰ ਉਮਰੇ 'ਤੇ ਜਾਣ ਦਾ ਇੱਕ ਸਾਦਤ ਹਾਸਿਲ ਹੋਈ। ਉੱਥੇ ਜਦੋਂ ਅਸੀਂ ਹਰਮ 'ਤੇ ਪਹੁੰਚੇ ਅਤੇ ਮਤਲਬ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਮਰਾ ਜਾਂ ਹੱਜ ਜਿਹੜਾ ਉਹ ਬੇਸਿਕਲੀ ਜਿਸਮਾਨੀ ਮੁਸ਼ਕਤ ਵੀ ਹੈ, ਅਤੇ ਡਾਕਟਰ ਸਾਹਿਬ ਜਿਸਮਾਨੀ ਤੌਰ 'ਤੇ ਕੁਝ ਇੰਨੇ ਮਤਲਬ ਮਜ਼ਬੂਤ ਨਹੀਂ ਸਨ ਅਤੇ ਅਸੀਂ ਜ਼ਿਹਨੀ ਤੌਰ 'ਤੇ ਤਿਆਰ ਹੋ ਕੇ ਗਏ ਸਾਂ ਕਿ ਉੱਥੇ ਜਾ ਕੇ ਨਾ ਅਸੀਂ ਵੀਲ ਚੇਅਰ ਲੈ ਲਾਂਗੇ, ਕਿਉਂਕਿ ਅਵੇਲੇਬਲ ਨੇ ਉੱਥੇ ਸਹੂਲਤਾਂ ਕਾਫ਼ੀ ਦਿੱਤੀਆਂ ਨੇ ਸਾਊਦੀ ਗਵਰਨਮੈਂਟ ਨੇ। ਲੇਕਿਨ ਉੱਥੇ ਪਹੁੰਚ ਕੇ ਮੈਂ ਜਦੋਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੁਣ ਅਸੀਂ ਹੋਟਲ 'ਚੋਂ ਉਮਰਾ ਕਰਨ ਜਾ ਰਹੇ ਹਾਂ ਅਤੇ ਤੁਸੀਂ ਮਤਲਬ ਅਸੀਂ ਇੱਕ ਸਹੂਲਤ ਲੈ ਲੈਂਦੇ ਹਾਂ। ਅਤੇ ਦੋ ਕੁ ਲਮਹੇ ਲਈ ਉਹਨਾਂ ਨੇ ਨਾ ਮਤਲਬ ਸੋਚਿਆ, ਕਹਿੰਦੇ ਨਹੀਂ, ਜਿਸ ਰੱਬ ਨੇ ਅੱਜ ਤੱਕ ਪਹੁੰਚਾ ਦਿੱਤਾ ਹੈ ਉਹ ਬਾਕੀ ਕੰਮ ਵੀ ਕਰਾ ਦੇ। ਅਤੇ ਮਾਸ਼ਾਅੱਲਾ ਉਹਨਾਂ ਨੇ ਦੋਵੇਂ ਹੀ ਉਮਰੇ ਜਿਹੜੇ ਨੇ ਉਹ ਖੁਦ ਮਤਲਬ ਆਪਣੇ ਪੈਰਾਂ ਤੇ ਚੱਲ ਕੇ ਸਹੀ ਵੀ ਕੀਤੀ, ਤਵਾਫ ਵੀ ਕੀਤੇ, ਜ਼ਿਆਰਤਾਂ ਵੀ ਕੀਤੀਆਂ ਤੇ ਮਤਲਬ ਇਸ ਤਰ੍ਹਾਂ ਦੇ ਬੇਸ਼ੁਮਾਰ ਉੱਥੇ ਉਹਨਾਂ ਦੇ ਨਾਲ, ਕਿਉਂਕਿ ਮੇਰਾ ਵਕਤ ਕਾਫੀ ਜ਼ਿਆਦਾ ਗੁਜ਼ਰਿਆ ਉਹਨਾਂ ਦੇ ਨਾਲ ਮਦੀਨਾ ਸ਼ਰੀਫ 'ਚ ਵੀ। ਤੇ ਇਹ ਕਿਤਾਬ ਖੂਬ ਹਰਮਾਂ ਦੀ ਇਹਦਾ ਇੱਕ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਜਿਹੜਾ ਸੀ ਨਾ ਉਹ ਸਾਨੂੰ ਉੱਥੇ ਨਜ਼ਰ ਆਇਆ ਮਦੀਨਾ ਸ਼ਰੀਫ ਵਿੱਚ ਤੇ ਪਰਮ ਸ਼ਰੀਫ ਵਿੱਚ। ਤੇ ਇੱਕ ਦਫ਼ਾ ਫਿਰ ਤਹਿ ਦਿਲ ਨਾਲ ਸ਼ੁਕਰੀਆ ਅਰਸਲਾਨ ਸਾਹਿਬ ਤੁਹਾਡਾ ਵੀ ਤੇ ਡਾਕਟਰ ਸਾਹਿਬ ਦਾ ਵੀ ਤੇ ਬਾਕੀ ਸਾਰੇ ਮੇਰੇ ਬਜ਼ੁਰਗਾਂ ਦਾ ਵੀ ਜਿਹੜੇ ਮੇਰੇ ਤੋਂ ਛੋਟੇ ਨੇ ਉਹਨਾਂ ਦਾ ਵੀ, ਕਿ ਉਹਨਾਂ ਨੇ ਇੰਨੀ ਮੁਹੱਬਤ ਇੰਨੀ ਅਕੀਦਤ ਦੇ ਨਾਲ ਮੇਰੇ ਵਾਲਿਦ ਸਾਹਿਬ ਦਾ ਜਿਹੜਾ ਕਲਾਮ ਹੈ ਉਹਨੂੰ ਅਦਾ ਕੀਤਾ। ਅੱਲਾਹ ਤਾਲਾ ਸਭ ਦੀ ਹਾਜ਼ਰੀ ਨੂੰ ਕਬੂਲ ਕਰੇ। ਬਹੁਤ ਸ਼ੁਕਰੀਆ।